ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਤੁਹਾਡਾ ਮੇਜ਼ਬਾਨ ਆਜ਼ਮ, ਤੁਸੀਂ ਵੇਖ ਰਹੇ ਹੋ ਸੋਹਣਾ ਪੰਜਾਬ ਟੀਵੀ। ਤੁਹਾਡਾ ਸੱਚੇ ਮੋਹ ਤੋਂ ਵਾਲਾ ਕਹਿਣਾ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਦਬਾਓ। ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਸਾਨੀ ਪਹੁੰਚ ਰਵੇ। ਨੰਬਰ ਹੁੰਦਾ 0349-1600-211, ਇਹ ਵਟਸਐਪ ਨੰਬਰ ਤੇ ਉਹੀ ਨੰਬਰ ਆਪਣੇ ਚੈਨਲ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰਨਾ ਤੇ ਮਾਸ਼ਾਅੱਲਾ ਕਮੈਂਟ ਲਾਉਣੇ ਨੇ। ਬਾਕੀ ਲੈਣਾ ਦੇਣਾ ਮੁਕੱਦਰ ਹੁੰਦਾ ਸੋਹਣਾ ਪੰਜਾਬ ਟੀਵੀ ਤੇ ਅੱਛੇ ਪਿਓਰ ਨੀਲੀ ਜਾਮਨ ਆਦਰ ਮਾਸ਼ਾਅੱਲਾ। ਆਪਣਾ ਨੰਬਰ ਹੁੰਦਾ 0349-1600-211, ਇਹੋ ਹੀ ਵਟਸਐਪ ਨੰਬਰ ਤੇ ਉਹੀ ਨੰਬਰ ਏ, ਰਾਬਤੇ ਵਿੱਚ ਜ਼ਰੂਰ ਰਹਿਣਾ। ਬਾਕੀ ਲੈਣਾ ਦੇਣਾ ਮੁਕੱਦਰ ਹੁੰਦਾ ਸੋਹਣਾ ਪੰਜਾਬ ਟੀਵੀ ਤੇ। ਇਨਸ਼ਾਅੱਲਾ ਅੱਛੇ ਤੇ ਪਿਓਰ ਨੀਲੀ ਜਾਮਨ ਆਉਂਦੇ ਨੇ, ਸੋਹਣਾ ਪੰਜਾਬ ਟੀਵੀ ਤੇ ਵਿਜ਼ਿਟ ਲਾਜ਼ਮੀ ਕਰਨਾ। ਬਾਕੀ ਮਾਨ ਅੱਲਾ ਦੀ ਮਿਹਰਬਾਨੀ ਨਾਲ 12 ਮਹੀਨੇ ਅੱਛੇ ਤੇ ਪਿਓਰ ਨੀਲੀ ਜਾਮਨ ਮਿਲਦੇ ਨੇ। ਬਾਕੀ ਮੇਰੇ ਸੱਜੇ ਪਾਸੇ ਪਿਓਰ ਨੀਲੀ ਮੱਝ ਮਾਸ਼ਾਅੱਲਾ ਆਈ ਏ, ਬੂੜੀ ਮੱਝ ਏ, ਨਿੱਕੀ ਨਿੱਕੀ ਸਿੰਗੀ ਏ, ਸ਼ਾਹ ਕਾਲੀਆਂ ਅੱਖਾਂ ਨੇ, ਕੈਲੀ ਬੂਰੀ ਏ ਮਾਸ਼ਾਅੱਲਾ। ਬਾਕੀ ਮੈਂ ਇਹਦੇ ਪੱਟ ਮੋਟੇ ਨੇ, ਬਾਕੀ ਮੈਂ ਇਹਦੇ ਪੈਰ ਜਿਵੇਂ ਘੋੜਿਆਂ ਦੇ ਸੁੰਭ ਹੁੰਦੇ ਨੇ, ਬਾਕੀ ਮੱਝ ਆਹ ਪਰ ਸਾਰੇ ਸੋਹਣੇ ਨੇ ਮਾਸ਼ਾਅੱਲਾ। ਬਾਕੀ ਕੈਮੇ ਨਿਗਾਹ ਵਿੱਚ ਲੈਣਾ ਦੇਣਾ ਮੁਕੱਦਰ ਹੁੰਦਾ ਸੋਹਣਾ ਪੰਜਾਬ ਟੀਵੀ ਤੇ ਅੱਛੇ ਪਿਓਰ ਨੀਲੀ ਜਾਮਨ ਆਉਂਦੇ ਨੇ ਮਾਸ਼ਾਅੱਲਾ। ਮੈਂ ਇਹਦਾ ਕੱਦ ਜਿਹੜਾ ਅੱਲਾ ਦੀ ਮਿਹਰਬਾਨੀ ਨਾਲ ਪੂਰਾ 5.5-6 ਫੁੱਟ ਕੱਦ ਪੂਰਾ ਅੱਲਾ ਦੀ ਮਿਹਰਬਾਨੀ ਨਾਲ ਮੈਂ ਖਿੱਲ ਜਾਂ ਚੰਗੀ ਏ, ਖੂਨ ਚੰਗਾ ਮੈਂ ਇਹਦੇ ਵਿੱਚ, ਵਧਨ ਬੜਾ ਮਾਝ ਦਾ। ਬਾਕੀ ਮੈਂ ਜਿਹੜੀ ਇਹ ਆਰ ਪਾਰ ਸੋਹਣੇ ਨੇ ਮਾਝ ਦੇ, ਬਾਕੀ ਮਾਝ ਦੀਆਂ ਢਾਕਾਂ ਖੁੱਡਾ ਹਰ ਪਾਸੋਂ ਪੂਰੀ ਏ ਅੱਲਾ ਦੀ ਮਿਹਰਬਾਨੀ ਨਾਲ। ਬਾਕੀ ਮਾਝ ਜਿਹੜੀ ਏ ਇਹ ਨਿੱਕੀ ਨਿੱਕੀ ਸਿੰਗੀ ਮਾਸ਼ਾਅੱਲਾ, ਮੈਂ ਜਿਹੜੀ ਏ ਮੋਟੀ ਮੋਟੀ ਅੱਖ ਏ ਮਾਝ ਦੀ, ਬਾਕੀ ਨਿੱਕੀ ਨਿੱਕੀ ਸਿੰਗੀ ਏ ਜਿਵੇਂ ਕੋਕੇ ਹੁੰਦੇ ਨੇ, ਦੋਵੇਂ ਸਿੰਗ ਇੱਕੋ ਜਿਹੇ ਨੇ। ਬਾਕੀ ਜਿਹੜੇ ਨੇ ਹੁਣ ਭਾਈ ਤੋਂ ਗੱਲਾਂ ਪੁੱਛਾਂਗੇ ਸਾਰੀਆਂ, ਇਹ ਸੂਈ ਏ ਜਾਂ ਸੁਮਣ ਵਾਲੀ ਕਿੰਨੇ ਦੇ ਲੈਂਦੀ ਏ। ਬਾਕੀ ਬਾਕੀ ਭਾਈ ਤੋਂ ਗੱਲਾਂ ਸਾਰੀ ਪੁੱਛਾਂਗੇ, ਇਹ ਸੂਈ ਏ ਮਾਸ਼ਾਅੱਲਾ। ਥੱਬਿਆਂ ਦੇ ਬਾਰੇ ਲਾਈ ਖੜੀ ਏ ਮਾਝ ਦਾ ਖੁੱਡਾ 1.5 ਫੁੱਟ ਦਾ, ਵੱਖੀ ਨਿੱਕੀ ਕਦਮੇ ਵਾਲਾ ਮਾਸ਼ਾਅੱਲਾ ਪੂਰਾ 6 ਫੁੱਟ ਏ। ਬਾਕੀ ਥਣ ਜਿਹੜਾ ਮਾਸ਼ਾਅੱਲਾ ਜਿਵੇਂ ਛੁਹਾਰਾ ਹੁੰਦਾ, ਮੋਟਾ ਥਣ ਏ, ਦੋਹਰਾ ਥਣ ਏ। ਬਾਕੀ ਹੁਣ ਭਾਈ ਤੋਂ ਗੱਲਾਂ ਪੁੱਛਾਂਗੇ ਸਾਰੀਆਂ। ਸਵਾਲ ਅੱਗੇ ਭਾਈ ਜੀ। ਵਾਲੇਕੁਮ ਸਲਾਮ ਭਾਈ ਸਾਹਿਬ। ਇਹ ਭਾਈ ਜੀ ਮੈਂ ਜਿਹੜੀ ਆਪਣੀ ਬੂਰੀ ਮੱਝ ਏ ਇਹ ਕਿੰਨੇ ਦਿਨ ਲੈਣੀ ਸੰਬੰਧ, ਪਹਿਲੀ ਗੱਲ ਇਹ ਪੁੱਛਣ ਵਾਲੀ ਮੈਂ। ਭਾਈ ਸਾਹਿਬ ਮੱਝ ਤੇ ਤਰੀਕ ਦੇ ਵਿੱਚ ਨੇ ਨਾ ਜੜੇ। ਅੱਛਾ, ਤਕਰੀਬਨ ਮੱਝ ਤੇ 8 ਦਿਨ ਬਕਾਇਆ ਨੇ ਅਜੇ ਤੱਕ। ਅਜੇ 8 ਦਿਨ ਪੈਣ ਮਾ 8 ਦਿਨ ਪੈ ਨੇ, ਅੱਜ ਤਰੀਕ ਏ ਭਾਈ ਸਾਹਿਬ 18 ਤਰੀਕ 18, ਤਕਰੀਬਨ ਮੱਝ ਦੇ 25-26 ਨੂੰ ਦਿਨ ਪੂਰੇ ਹੁੰਦੇ ਪੈਣ, 25-26 ਨੂੰ ਦਿਨ ਪੂਰੇ ਹੁੰਦੇ ਪੈਣ ਮਾਸ਼ਾਅੱਲਾ। ਤੇ ਮੱਝ ਮੇਰਾ ਵੀਰ ਗੱਲ ਇਸ ਤਰ੍ਹਾਂ ਦੀ ਏ, ਇਹ ਪਹਿਲੇ ਸਮੇਂ ਦਾ ਕੀ ਰਿਕਾਰਡ ਦੁੱਧ ਇਹਦਾ? ਭਾਈ ਸਾਹਿਬ ਗੱਲ ਪਤਾ ਕੀ ਏ, ਜਿਹੜੀ ਹੁੰਦੀ ਨਾ ਜਵਾਨੀ ਦੁੱਧ ਉਹ ਹੀ ਦਿੰਦੀ ਏ। ਅੱਛਾ, ਤੇ ਮੱਝ ਪਹਿਲੇ ਸੂਏ ਵੀ ਐਵੇਂ ਜਵਾਨ ਸੀ। ਅੱਛਾ ਜੀ, ਤੇ ਐਤਕੀ ਮੱਝ ਉਸ ਤੋਂ ਡਬਲ ਹੋਈ ਏ। ਅੱਛਾ ਮਾਸ਼ਾਅੱਲਾ, ਠੀਕ ਏ। ਪਹਿਲੇ ਸੂਏ ਵੀ ਮੱਝ ਨੇ ਨਾ ਕਰਮਾ ਵਾਲੀ ਨੇ 16-17 ਲੀਟਰ ਦੁੱਧ ਚੋਂਦੀ ਸੀ ਗਰੰਟੀ ਨਾਲ। ਭਾਈ ਸਾਹਿਬ ਗਰੰਟੀ ਨਾਲ, ਅੱਛਾ ਜੀ, ਝੂਠ ਨਹੀਂ। 16-17 ਲੀਟਰ ਚੋਂਦੇ ਰਹੇ ਪਹਿਲੇ ਸੂਏ? ਹਾਂ, 16-17 ਲੀਟਰ ਆ ਜੀ ਸਾਹਿਬ। ਅੱਛਾ ਜੀ, ਤੇ ਜਿਹੜਾ ਨਾ ਇਹ ਸੂਆ, ਅੱਛਾ ਜੀ, ਮੱਝ ਆਈ ਸਾਹਿਬ ਜੇ ਆ ਪੰਡਾ ਨਾ ਲਾਵੇ, ਅੱਛਾ ਜੀ, ਤੇ ਆਖੀ ਮੱਝ ਦੀ ਨਸਲ ਚ ਕਮੀ ਹੈ। ਤੇ ਮੈਂ ਜਿਹੜੇ ਘਰ ਦੀ ਮੈਂ ਨਾ, ਅੱਛਾ ਜੀ, ਹੁਣ ਨਾ ਲੈਣ ਦਾ ਤੇ ਐਵੇਂ ਕੁਲ ਬੰਨਣ ਦਾ ਫਾਇਦਾ ਕੋਈ ਦਾ। ਅੱਛਾ ਜੀ, ਤੇ ਪਤਾ ਭਰਾਵਾਂ ਨੂੰ ਲੱਗ ਜਾਣਾ ਜਿਹਦੇ ਕੋਲੇ ਮੱਝ ਚਲੀ ਗਈ, ਜਿਹਨੇ ਮੱਝ ਚੋਈ,
ਜਦੋਂ ਮੈਂ ਇਹਨਾਂ ਦਾ ਵਕਾ ਪੂਰਾ ਕੀਤਾ ਆਪੇ ਹਰ ਸ਼ਾਹ ਸਾਹਮਣੇ ਆ ਜਾਣੀ ਗੱਲਾਂ ਨਾਲ ਤੇ ਹਰ ਬੰਦਾ ਮੁਤਮਨ ਕਰ ਜਾਂਦਾ। ਥਣ ਜਿਹੜਾ ਮਾਸ਼ਾਅੱਲਾ ਵੇਖੋ ਜੀ, ਬਿਲਕੁਲ ਥਣ ਜਿਹੜਾ ਕਾਗਜ਼ੀ ਅੱਲਾ ਦੀ ਮਿਹਰਬਾਨੀ ਨਾਲ ਵੇਖੋ ਸਾਹਿਬ ਕਾਗਜ਼ੀ ਥਾਣ ਹੈ, ਮੈਂ ਇਹ ਡੋਕਾ ਸ਼ੋਕਾ ਕੋ ਨੀ ਪਾਇਆ ਥਣਾ ਜੀ। ਹਾਂ ਬਾਕੀ ਥਣ ਮਾਸ਼ਾਅੱਲਾ ਗਿੱਠਗੜ ਵਿਰਲਾ ਨੇ ਚਾਰੋਂ ਪਾਸੋਂ ਗਿੱਠਗੜ ਵਿਰਲਾ ਪੂਰੀਆਂ ਨੇ। ਤੇ ਇਹ ਨਾ ਮੇਰਾ ਵੀਰ ਗੱਲ ਇਸ ਤਰ੍ਹਾਂ ਦੀ ਹੈ, ਥਾਂ ਚ ਸੱਜਣ ਬੇਰੀ ਬਿਆਨਾ ਕਰਾਵੇ ਲੱਖ ਦੋ ਲੱਖ ₹50,000। ਐਸਾ ਕੋਈ ਗੱਲ ਨੀ, ਇਹੋ ਜੀ ਕੋਈ ਗੱਲ ਨੀ। ਅੱਛਾ ਸੂਈ ਲੈ ਜਾ, ਕੋਈ ਭਰਾ ਬਿਆਨਾ ਕਰ ਲਵੇ, ਮੈਂ ਸੂਈ ਲੈ ਜਾਵੇ ਆਦੀ ਚੋ ਕੇ ਵਜਾ ਕੇ ਖੜਕਾ ਕੇ ਠੀਕ ਹੋ ਗਿਆ। ਆਪਾਂ ਕਿਹੜਾ ਡਰ ਹੈ, ਅੱਲਾ ਮਾਫ ਕਰੇ ਆਪਣੀ ਇੰਜ ਜਿਵੇਂ ਸੋਨਾ ਹੁੰਦਾ। ਮੈਂ ਜੀ ਅੱਡੀ ਇੱਕ ਹਰ ਪਾਸੋਂ ਪੂਰੀ ਇੱਕ ਅੱਡੀ ਹਾਜੀ ਸਾਹਿਬ ਨਾ ਮਾਈ ਦੀ ਧੁੰਨੀ ਨਾ ਕੌੜੀ। ਅੱਛਾ ਜੀ ਸਿਰ ਵੇ ਮਾਈ ਦਾ। ਅੱਛਾ ਜਿਵੇਂ ਕਟੀਆਂ ਦਾ ਹੁੰਦਾ ਮਾਸ਼ਾਅੱਲਾ, ਮਾਈ ਦੀ ਪਤਲੀ, ਮੈਂ ਵੀ ਸ਼ੱਕ ਕੋਣੀ, ਪਿੱਛੋਂ ਹਾਜੀ ਸਾਹਿਬ ਚੌੜੀ ਜਿਵੇਂ ਮੰਜਾ ਹੁੰਦਾ। ਅੱਛਾ ਜੀ ਹਾਂ, ਤੇ ਅੱਲਾ ਤੰਦਰੁਸਤੀ ਰੱਖਿਆ ਹਾਜੀ ਸਾਹਿਬ, ਜਿੱਥੇ ਮਾਈ ਚਲੇਗੀ ਮਾਈ ਵਸੇਗੀ ਐਵੇਂ ਜਿਵੇਂ ਸਾਵਣ ਭਾਦਰੋਂ ਦਾ ਬੱਦਲ ਵਸਦਾ। ਅੱਛਾ ਜੀ ਹਾਂ, ਅੱਲਾ ਦੇ ਹੁਕਮ ਨਾਲ ਠੀਕ ਹੋ ਗਿਆ। ਤੇ ਸੱਜਣ ਮੇਰੀ ਕਹੋ ਮੈਂ ਗੱਬਣ ਲਿਜਾਣੀ ਹੈ ਥਾਂ ਚੱਡੀ, ਗਰੰਟੀ ਆਪਣੀ ਹਾਜੀ ਸਾਹਿਬ ਗਰੰਟੀ ਹੋਵੇਗੀ, ਅਗਲੇ ਦੇ ਘਰ ਤੱਕ ਗਰੰਟੀ ਹੋਵੇਗੀ ਠੀਕ ਹੋ ਗਿਆ ਜੀ। ਥਾਂ ਚੱਡੀ ਦੀ ਬਿਲਕੁਲ ਗਰੰਟੀ ਹੈ, ਤੇ ਮੋਲੇ ਨਾਲ ਕੀ ਕਰਨਾ, ਪਿਆਰ ਮੁਹੱਬਤ ਦਾ ਪੱਕਾ ਪੀੜਾ ਕਰਨਾ ਹੀ ਜਿੱਥੇ ਮੈਂ ਆਪਾਂ ਵੇਚ ਦੇ। ਹਾਜੀ ਸਾਹਿਬ ਅੱਜ ਕੱਲ ਸੁਆ ਸ਼ਾਟ ਹੈ। ਅੱਛਾ ਮੁੱਲ ਜੋ ਵੀ ਕਰ ਲਓ ਨਾ ਉਹ ਮੰਨਣ ਦੇ ਵਿੱਚ ਆਉਂਦਾ। ਅੱਛਾ ਜੀ ਬਾਕੀ ਗੱਲ ਪਤਾ ਕੀ ਹਾਜੀ ਸਾਹਿਬ, ਆਪਾਂ ਹੀ ਵੇਚਣੀ। ਅੱਛਾ ਜੀ ਗੱਲਾਂ ਹੋਣੀਆਂ ਨੇ ਪੱਕੀਆਂ ਤੇ ਪੀੜੀਆਂ ਠੀਕ ਹੋ ਗਿਆ। ਠੀਕ ਹੈ ਨਾ, ਕੋਈ ਲੰਮੀ ਚੌੜੀ ਗੱਲ ਨੀ, ਨਾ ਹੀ ਲੰਮੇ ਖਿਲਾਰੇ ਨੇ। ਅੱਛਾ ਹਾਜੀ ਸਾਹਿਬ ਮੁੱਲ ਇੱਥੇ ਜੂਹ ਦੇ ਵਿੱਚ ਜਿਹੜਾ ਕਰਦੇ ਪਏ ਨਾ ਬੜਾ ਢੇਰ ਮੁੱਲ ਕਰਦੇ ਪਏ। ਕਿੰਨਾ ਕਰਦੇ ਪਏ ਮੁੱਲ ਪੱਕਾ ਪਤਾ ਵੀ ਲੱਗਦਾ। ਹਾਜੀ ਸਾਹਿਬ ਤੁਹਾਡੀ ਜ਼ਾਤ ਵਾਸਤੇ ਛੱਡੋ ਜੋ ਵੀ ਮੈਂ ਕਰਦਾ ਪਿਆ। ਅੱਛਾ ਪੂਰੇ 8 ਲੱਖ ਦੀ ਹਾਜੀ ਸਾਹਿਬ ਮਾਈ ਦਿਆਂਗਾ ਤੇ ਮਾਈ ਚਲੀ ਗਈ, ਅੱਲਾ ਦਾ ਗੁਣਾ ਤੇਰਾ ਨਾਂ ਰੋਸ਼ਨ ਕਰ ਦੇਗੀ। ਅੱਛਾ ਜਿਹੜਾ ਵੀਰ ਭਰਾ ਲੈ ਜਿਹੜਾ ਵੀ ਲੈ ਗਿਆ ਤੇਰਾ ਨਾਂ ਰੋਸ਼ਨ ਕਰ ਦੇਗੀ। ਮੈਂ ਜਿਹੜੀ ਨਿੱਕੀ ਨਿੱਕੀ ਸਿੰਘੀ ਹੈ, ਬਾਕੀ ਮੈਂ ਅੱਖ ਮੋਟੀ ਮਾਸ਼ਾਅੱਲਾ, ਬਾਕੀ ਸੀਲ ਸਾਊ ਹੈ, ਮੱਥੇ ਚਿੱਟੀ ਫੁੱਲੀ ਹੈ ਹਾਜੀ ਸਾਹਿਬ, ਸਾਰ ਤਾਂ ਮੈਂ ਥੋੜਾ ਜਿਹਾ ਟੋਡਾ ਚਿੱਟਾ ਹੈ। ਅੱਛਾ ਜੀ ਹਾਂ, ਬਟਨ ਲੱਗੇ ਨੇ ਮਾਝ ਨੂੰ। ਅੱਛਾ ਜੀ ਮਾਝ ਹਾਜੀ ਸਾਹਿਬ ਚ ਐਂ ਪੰਡਾ ਨਾ ਬੰਨੇ। ਅੱਛਾ ਜੀ ਹੱਲੋਂ ਜਿਵੇਂ 2.5 ਮਣ ਦੀਆਂ ਬੋਰੀਆਂ ਹੁੰਦੀਆਂ ਨੇ ਤੇ ਫੇਰ ਦੱਸੀ ਠੀਕ ਹੋਗਾ ਜੀ। ਨਸਲਾਂ ਹੀ ਹਾਜੀ ਸਾਹਿਬ ਵਕਦੀਆਂ ਨੇ, ਬੇਨਸਲੀਆਂ ਨਹੀਂ ਵਕਦੀਆਂ। ਵਾਕੀ ਗੱਲ ਇਸ ਤਰ੍ਹਾਂ ਦੀ, ਤੇ ਮਾਝ ਜਿਹੜੀ ਮਾਸ਼ਾਅੱਲਾ ਹਰ ਪਾਸੋਂ ਪੂਰੀ ਅੱਲਾ ਦੀ ਮਿਹਰਬਾਨੀ ਨਾਲ, ਮਾਝ ਦਾ ਮਾਸ਼ਾਅੱਲਾ ਕੱਦ ਵੀ ਚੰਗਾ, ਮੈਂ ਬਰੀਕ ਬੜੀ ਹੈ ਵੇਖੋ ਜੀ, ਬਿਲਕੁਲ ਹੀ ਜਿਵੇਂ ਰੇਸ਼ਮ ਹੁੰਦੀ ਹੈ। ਮਾਝ ਸੁਣਦੀ ਸੁਆਣੀ ਨਹੀਂ ਹਾਜੀ ਸਾਹਿਬ, ਅਜੇ ਮਾਝ ਦਾ ਵੇਲਾ ਪਿਛਲੇ ਪੱਟ। ਅੱਛਾ ਮਾਝ ਦੇ ਖੁੱਚ ਸਿੱਧੇ, ਅਗਲੀਆਂ ਮਾਈ ਦੀਆਂ ਬੁਰਜੀਆਂ ਵਿੱਚ ਜਿਵੇਂ ਥੰਮ ਹੁੰਦੇ ਨੇ। ਵਾਕਿਆ ਮੈਂ ਵੇਖੋ ਆਰਾਮ ਬੜਾ ਮਾਸ਼ਾਅੱਲਾ, ਐ ਵੇਖੋ ਹਵਾਨਾ ਜਿਹੜਾ ਬਿਲਕੁਲ ਉੱਚੀ ਨੀਵੀਂ ਨੀ ਖੜੀ, ਬਰਾਬਰ ਮਾਝ ਖੜੀ ਏ। ਤੇ ਜਿਹੜੀ ਹੈ ਨਾ ਮਾਝ, ਅੱਲਾ ਦੇ ਗੁਣਾ ਜਿਹੜਾ ਵੀਰ ਭਰਾ ਜਾਵੇਗਾ ਯਾਦ ਕਰੇਗਾ ਲਾਜ਼ਮੀ ਇਨਸ਼ਾਅੱਲਾ। ਇਨਸ਼ਾਅੱਲਾ ਆਈ ਸਾਹਿਬ ਦੁਆ ਦੇਗਾ ਤੁਹਾਨੂੰ। ਤੇ 8 ਲੱਖ ਵਿੱਚੋਂ ਪਿਆਰ ਮੁਹੱਬਤ ਕਿੰਨਾ ਕਰੇਗਾ ਹਾਜੀ ਸਾਹਿਬ? ਮੇਰੀ ਗੱਲ ਸੁਣ ਲਓ, ਮੈਂ ਤੁਹਾਨੂੰ ਅੱਗੇ ਗੱਲ ਕੀਤੀ ਏ ਵੀ ਮਾਝ ਦਾ ਮੈਂ ਮੁੱਲ ਜਿੰਨਾ ਮਰਜ਼ੀ ਕਰ ਲਵਾਂ। ਅੱਛਾ ਮੇਰੀ ਸ਼ੈ ਗੱਲ ਮੈਂ ਤੈਨੂੰ ਇਹ ਕੀਤੀ ਏ ਵੀ ਆਈ ਸਾਹਿਬ ਦੇਣ ਲੈਣ ਵਾਲੀ। ਅੱਛਾ ਠੀਕ ਹੈ ਨਾ, ਪੱਕੀਆਂ ਪੀੜੀਆਂ ਗੱਲਾਂ ਕੀਤੀਆਂ ਨੇ ਤੈਨੂੰ, ਕੱਚੀ ਗੱਲ ਦਾ ਕੋਈ ਫਾਇਦਾ ਨੀ ਹੁੰਦਾ। ਬਾਕੀ ਇਹ ਹੈ ਆਪਾਂ ਕਸਮ ਨੀ ਖਾਦੀ ਮਾਸ਼ਾਅੱਲਾ, ਰੁਪਈਆ 10,000 ਆਈ ਸਾਹਿਬ ਤੁਹਾਨੂੰ ਛੱਡ ਦਿਆਂ। 7 ਲੱਖ ਤੇ ਕਿੰਨੇ ਕਹਿੰਦੇ, 7,90,000। 7,90,000 ਦੀ ਆਈ ਸਾਹਿਬ, ਐਡੇ ਕੱਦ ਆਮ ਨੀ ਲੱਭਦੇ ਮਹੀਆਂ ਦੇ ਲੋਕ, ਪੂਰੀ ਜੂਹ ਭੱਜਿਆ ਫਿਰੀ। ਅੱਛਾ ਜੀ ਸਾਰੀ ਜੂਹ ਭੱਜਦਾ ਫਿਰੀ, 8 ਦਿਨ ਲੱਗ ਗਏ ਮਾਝ ਨਾ ਐਡੀ ਲੱਭੇਗੀ ਅੱਲਾ ਦੇ ਹੁਕਮ ਨਾਲ, ਐਡੀ ਜਵਾਨੀ ਨੀ ਲੱਭੇਗੀ ਮਾਝ ਦੀ ਮਾਸ਼ਾਅੱਲਾ। ਵੇਖੋ ਕੰਦ ਮਾਸ਼ਾ ਜਿਵੇਂ ਛੱਜ ਹੁੰਦੇ ਨੇ, ਵੱਡੇ ਕੰਦ ਨੇ ਮਾਸ਼ਾਅੱਲਾ, ਇਹ ਗਾਵਾਂ ਤਾਂ ਨਿੱਕੇ ਨਿੱਕੇ ਕੰਦ ਨੀ ਹੈਗੇ। ਅੱਖ ਵੇ ਮਾਈ ਦੀ ਜਿਵੇਂ 2.5 ਮਣ ਆਪਣਾ ਬਲਬ ਰੱਖਿਆ ਹੁੰਦਾ ਐਲਰਜੀ ਸੇਵਰ ਦਾ,
ਕਾਲੀ ਸ਼ਾਹ ਤੇ ਰੱਤੀ ਬੂਰੀ ਹੈ ਮਾਸ਼ਾਅੱਲਾ ਰੱਤੀ ਬੂਰੀ ਕਾਲੀ ਨਹੀਂ ਦੀ ਰੱਤੀ ਬੂਰੀ ਅੱਛਾ ਰੱਤੀ ਬੂਰੀ ਹਾਂ ਜੀ ਸਾਹ ਸਾਈਡ ਦੀ ਵਿਰਲ ਹਾਏ ਮਾੜੀ ਜੀ ਮੈਂ ਇਹਨੇ ਡੋਕਾ ਹੀ ਨਹੀਂ ਪਾਇਆ ਵੇਖੋ ਅਗਰ ਥਣ ਦੇ ਵਿੱਚ ਇੱਕ ਧਾਰ ਵੀ ਹੋਵੇ ਮਾਜ ਦੇ ਠੀਕ ਹੋ ਗਿਆ।